ਬਾਬੇ ਮੁਲਾਜ਼ਮ ਲੰਬੇ ਸਮੇਂ ਤੋਂ ਮੰਗਾਂ ਦੇ ਉੱਪਰ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਅੱਜ ਸੜਕਾਂ 'ਤੇ ਉਤਰ ਆਏ ਨੇ। ਪੈਨਸ਼ਨਰਾਂ ਨੇ ਪੰਜਾਬ ਭਰ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਮੂਹਰੇ ਧਰਨੇ ਮਾਰ ਕੇ ਸਰਕਾਰ ਨੂੰ ਹੁਣ ਦੋ ਟੁੱਕ ਚੇਤਾਵਨੀ ਦੇ ਦਿੱਤੀ ਹੈ। ਦੱਸ ਦਈਏ ਕਿ ਪੰਜਾਬ ਗੌਰਮੈਂਟ ਪੈਨਸ਼ਨਰਜ਼ ਜੁਆਇੰਟ ਫਰੰਟ ਨੇ ਸਰਕਾਰ ਨੂੰ ਨੋਟਿਸ ਭੇਜ ਕੇ 22 ਅਕਤੂਬਰ ਤੱਕ ਮੰਗਾਂ ਮੰਨਣ ਦਾ ਨੋਟਿਸ ਜਿਹੜਾ ਹੈ ਉਹ ਜਾਰੀ ਕੀਤਾ ਹੈ। ਸੋ ਇਸ ਦੇ ਬਾਬਤ ਗੱਲਬਾਤ ਕਰ ਲੈਂਦੇ ਹਾਂ ਫੋਨ ਲਾਈਨ 'ਤੇ ਨੇ ਸਾਡੇ ਨਾਲ ਸੀਨੀਅਰ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ। ਸਰ, ਹੁਣ ਬਾਬੇ ਮੁਲਾਜ਼ਮ ਜਿਹੜੇ ਨੇ ਉਹ ਵੀ ਅੱਜ ਤੋਂ ਸੜਕਾਂ 'ਤੇ ਉਤਰ ਆਏ ਨੇ। ਗਵਰਨਮੈਂਟ ਪੈਨਸ਼ਨਰ ਜੁਆਇੰਟ ਫਰੰਟ ਦੇ ਬੈਨਰ ਹੇਠ ਅੱਜ ਪੰਜਾਬ ਭਰ ਦੇ ਜਿਹੜੇ ਪੈਨਸ਼ਨਰ ਨੇ ਜੀ, ਉਹਨਾਂ ਨੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਮੂਹਰੇ ਧਰਨੇ ਮਾਰ ਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੋਟਿਸ ਭੇਜਣ ਦਾ ਪ੍ਰੋਗਰਾਮ ਲਿਖਿਆ ਸੀ, ਜਿਹਦੇ ਤਹਿਤ ਅੱਜ ਸਵੇਰ ਤੋਂ ਹੀ ਜਿਹੜੇ ਪੈਨਸ਼ਨਰ ਨੇ ਉਹ ਡੀਸੀ ਦਫ਼ਤਰਾਂ ਮੂਹਰੇ ਇਕੱਠੇ ਹੋਏ, ਧਰਨੇ ਮਾਰੇ ਔਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਜਿਸ ਤਹਿਤ ਸਮੂਹ ਪੈਨਸ਼ਨਰ ਜਿਹੜੇ ਨੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੋਟਿਸ ਭੇਜ ਰਹੇ ਨੇ, ਜਿਹਦੇ ਵਿੱਚ ਇਹ ਅਲਟੀਮੇਟਮ ਦਿੱਤਾ ਗਿਆ ਵੀ ਜੇ ਤੁਰੰਤ ਮੰਗਾਂ ਪ੍ਰਵਾਨ ਨਾ ਕੀਤੀਆਂ ਤੇ 22 ਅਕਤੂਬਰ ਨੂੰ ਪੈਨਸ਼ਨਰ ਜਿਹੜੇ ਨੇ, ਜਿਨ੍ਹਾਂ ਨੂੰ ਬਾਬੇ ਮੁਲਾਜ਼ਮ ਵੀ ਕਿਹਾ ਜਾਂਦਾ, ਉਹ ਮੋਹਾਲੀ ਵੱਲ ਕੂਚ ਕਰਨਗੇ, ਮੋਹਾਲੀ ਰੈਲੀ ਕਰਨਗੇ ਔਰ ਰੋਸ ਪ੍ਰੋਟੈਸਟ ਵੀ ਕੀਤਾ ਜਾਊਗਾ। ਇਸ ਮੌਕੇ ਜਿਹੜਾ ਪੰਜਾਬ ਗੌਰਮੈਂਟ ਪੈਨਸ਼ਨ ਜੁਆਇੰਟ ਫਰੰਟ ਹੈ, ਇਹ ਅਵਿਨਾਸ਼ ਚੰਦਰ ਸ਼ਰਮਾ, ਭਜਨ ਸਿੰਘ ਗਿੱਲ, ਕਰਮ ਸਿੰਘ ਧਨੋਆ, ਡਾਕਟਰ ਐਨ ਕੇ ਕਲਸੀ, ਸੁਖਵਿੰਦਰ ਸਿੰਘ ਤੇ ਦਲੀਪ ਸਿੰਘ ਲਾਂਬਾ ਦੀ ਅਗਵਾਈ ਹੇਠ ਚੱਲ ਰਿਹਾ। ਔਰ ਜਿਹੜਾ ਨੋਟਿਸ ਭੇਜਿਆ ਗਿਆ ਅੱਜ ਮੁੱਖ ਮੰਤਰੀ, ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ 5 ਜੂਨ ਨੂੰ ਫਰੰਟ ਨੇ ਵਿੱਤ ਮੰਤਰੀ ਨੂੰ ਪੱਤਰ ਲਿਖ ਕੇ ਮੀਟਿੰਗ ਦਾ ਸਮਾਂ ਮੰਗਿਆ ਸੀ, ਪਰ ਉਹਨਾਂ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ। ਔਰ ਇਸ ਨੋਟਿਸ ਵਿੱਚ ਦੋਸ਼ ਲਾਇਆ ਗਿਆ ਵੀ ਉਹ ਸਾਰੇ ਸੀਨੀਅਰ ਸਿਟੀਜ਼ਨ ਨੇ ਔਰ ਕਈ ਜਿਹੜੇ ਪੈਨਸ਼ਨਰ ਨੇ ਉਹ ਬਹੁਤ ਵੱਡੀ ਉਮਰ ਦੇ ਹੋ ਚੁੱਕੇ ਨੇ ਔਰ ਕਈ ਪੈਨਸ਼ਨਰ ਜਿਹੜੇ ਆ ਉਹ ਇਨਸਾਫ਼ ਦੀ ਉਡੀਕ ਵਿੱਚ ਚਲਾਣਾ ਵੀ ਕਰ ਗਏ ਨੇ, ਪਰ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਪ੍ਰਵਾਨ ਨਹੀਂ ਕੀਤੀਆਂ ਜਾ ਰਹੀਆਂ, ਜਿਹਦੇ ਰੋਸ ਵਜੋਂ ਪੈਨਸ਼ਨਰ ਜਿਹੜੇ ਨੇ ਉਹ 22 ਅਕਤੂਬਰ ਨੂੰ ਮੋਹਾਲੀ ਵੱਲ ਕੂਚ ਕਰਨਗੇ, ਇੱਥੇ ਰੈਲੀ ਕਰਨਗੇ ਤੇ ਰੈਲੀ ਤੋਂ ਬਾਅਦ ਜਿਹੜਾ ਆ ਰੋਸ ਮਾਰਚ ਕੀਤਾ ਜਾਊਗਾ। ਦਰਅਸਲ ਇਹ ਪੈਨਸ਼ਨਰ ਜਿਹੜੇ ਨੇ ਇਹ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵਿੱਚ ਵੀ ਸ਼ਾਮਲ ਨੇ ਔਰ ਮੁਲਾਜ਼ਮਾਂ ਨਾਲ ਸਾਂਝੇ ਤੌਰ ਤੇ ਵੀ ਸੰਘਰਸ਼ ਕਰ ਰਹੇ ਨੇ, ਪਰ ਹੁਣ ਪੈਨਸ਼ਨਰ ਨੇ ਫੈਸਲਾ ਕੀਤਾ ਵੀ ਉਹ ਆਪਣੇ ਪੱਧਰ ਤੇ ਵੀ ਆਪਣੀ ਆਵਾਜ਼ ਜਿਹੜੀ ਹੈ ਉਹ ਸਰਕਾਰ ਕੋਲ ਪਹੁੰਚਾਉਣ ਲਈ ਸੰਘਰਸ਼ ਕਰਨਗੇ। ਜੀ, ਇਹਨਾਂ ਬਾਬੇ ਮੁਲਾਜ਼ਮਾਂ ਦੀਆਂ ਮੰਗਾਂ ਆਖਿਰਕਾਰ ਕੀ ਨੇ, ਜਿਨ੍ਹਾਂ ਦੇ ਲਈ ਅੱਜ ਇਹਨਾਂ ਨੂੰ ਸੜਕਾਂ ਤੇ ਉਤਰਨਾ ਪੈ ਰਿਹਾ? ਇਹਨਾਂ ਦੀਆਂ ਕੇਵਲ 5 ਮੰਗਾਂ ਨੇ। ਪਹਿਲੀ ਮੰਗ ਇਹ ਹੈ ਵੀ ਰਿਟਾਇਰ ਹੋਏ ਪੈਨਸ਼ਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਉਹ 2.69 ਸੈਕਟਰ ਨਾਲ ਫਿਕਸ ਕੀਤੀਆਂ ਜਾਣ, ਔਰ ਇਹ ਗੱਲ ਕਹੀ ਗਈ ਹੈ ਵੀ ਇਹ ਉਹ ਕੋਈ ਨਵੀਂ ਮੰਗ ਨਹੀਂ ਕਰ ਰਹੇ, ਖੁਦ 6ਵੇਂ ਪੰਜਾਬ ਤਨਖਾਹ ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਵੀ 2.69 ਸੈਕਟਰ ਨਾਲ ਹੀ ਪੈਨਸ਼ਨਾਂ ਜਿਹੜੀਆਂ ਨੇ ਉਹ ਸੋਧੀਆਂ ਜਾਣ। ਦੂਸਰੀ ਮੰਗ ਇਹ ਹੈ ਵੀ 1 ਜਨਵਰੀ 2016 ਤੋਂ 30 ਜੂਨ 2021 ਤੱਕ ਪੈਨਸ਼ਨਾਂ ਸੋਧਣ ਦਾ ਜਿਹੜਾ ਬਕਾਇਆ ਆ 6ਵੇਂ ਤਨਖਾਹ ਕਮਿਸ਼ਨ ਦਾ ਉਹ ਤੁਰੰਤ ਦਿੱਤਾ ਜਾਵੇ, ਔਰ ਬਕਾਇਦਾ ਜ਼ਿਕਰ ਕੀਤਾ ਇਹਨਾਂ ਨੋਟਿਸ ਵਿੱਚ ਵੀ ਸਰਕਾਰ ਜੁਡੀਸ਼ੀਅਲ ਅਫਸਰ ਜਿਹੜੇ ਰਿਟਾਇਰ ਹੋਏ ਨੇ ਉਹਨਾਂ ਨੂੰ ਬਕਾਇਦਾ ਬਕਾਏ ਦੀ ਅਦਾਇਗੀ ਕਰ ਚੁੱਕੀ ਹੈ। ਔਰ ਇੱਕ ਹੋਰ ਮੰਗ ਕੀਤੀ ਗਈ ਹੈ ਵੀ DA ਦਾ 1 ਜਨਵਰੀ 2016 ਤੋਂ ਲੈ ਕੇ 30 ਅਪ੍ਰੈਲ 2024 ਤੱਕ ਦਾ 227 ਮਹੀਨਿਆਂ ਦਾ ਜਿਹੜਾ ਬਕਾਇਆ ਹੈ ਉਹ ਤੁਰੰਤ ਦਿੱਤਾ ਜਾਵੇ, ਔਰ ਨਾਲ ਦੀ ਨਾਲ ਇਹਦੇ ਵਿੱਚ ਮੰਗ ਇਹ ਵੀ ਕੀਤੀ ਹੈ ਵੀ 1 ਜਨਵਰੀ 2023
ਜੁਲਾਈ 2023 ਤੇ 1 ਜੂਨ 2024 ਦੀਆਂ ਪੈਂਡਿੰਗ ਡੀਏ ਦੀਆਂ 3-12% ਕਿਸ਼ਤਾਂ ਜਿਹੜੀਆਂ ਨੇ ਉਹ ਵੀ ਤੁਰੰਤ ਦਿੱਤੀਆਂ ਜਾਣ। ਪੈਨਸ਼ਨਰ ਦੀ ਚੌਥੀ ਮੰਗ ਹੈ ਨੋਸ਼ਨਲ ਦੇ ਆਧਾਰ ਤੇ ਪੈਨਸ਼ਨਾਂ ਫਿਕਸ ਕੀਤੀਆਂ ਜਾਣ ਤੇ ਪੰਜਵੀਂ ਮੰਗ ਇਹਨਾਂ ਦੀ ਇਹ ਹੈ ਵੀ ਮੈਡੀਕਲ ਭੱਤਾ ਵਧਾ ਕੇ 2000 ਰੁਪਏ ਕੀਤਾ ਜਾਵੇ ਤੇ ਕੈਸ਼ਲੈਸ ਮੈਡੀਕਲ ਟ੍ਰੀਟਮੈਂਟ ਸਕੀਮ ਵੀ ਲਾਗੂ ਕੀਤੀ ਜਾਵੇ।